ਮਾਪਿਆਂ ਨੇ ਸੰਤਾਲੀ ਦੇਖਿਆ ਹੈ। ਸੰਤਾਲੀ 'ਚ ਕੀ ਹੋਇਆ ਸੀ ਮੈਨੂੰ ਦੱਸਣ ਦੀ ਲੋੜ ਨਹੀਂ। ਬਹੁਤੇ ਪਰਿਵਾਰ ਇੱਥੇ ਉਹ ਬੈਠੇ ਹੋਣਗੇ ਜਿਹੜੇ ਪਾਕਿਸਤਾਨ ਦੀ ਧਰਤੀ ਤੋਂ ਉੱਜੜ ਕੇ ਆਏ ਨੇ 1947 'ਚ। 10 ਲੱਖ ਲੋਕਾਂ ਦਾ ਕਤਲ ਵੀ ਹੋਇਆ ਸੀ ਧਰਮ ਦੇ ਨਾਂ ਦੇ ਉੱਤੇ। ਇੱਕ ਦੂਜੇ ਨਾਲ ਕਿਵੇਂ ਨਫ਼ਰਤ ਫੈਲੀ ਸੀ ਉਹਦਾ ਮੈਂ ਕੋਈ ਵਿਆਖਿਆ ਨਹੀਂ ਕਰਨੀ ਚਾਹੁੰਦਾ। 47 ਤੋਂ ਬਾਅਦ ਅਸੀਂ 84 ਵੇਖੀ। ਆਪਾਂ ਸਾਰਿਆਂ ਨੇ ਅੱਖਾਂ ਨਾਲ ਜਿਹੜੇ ਇੱਥੇ ਬੈਠੇ ਹਾਂ ਮੇਰੇ ਹਾਣੀ, ਆਪਾਂ 84 ਵੇਖੀ ਹੈ। 84 'ਚ ਕੀ ਹੋਇਆ ਮੈਨੂੰ ਦੱਸਣ ਦੀ ਲੋੜ ਨਹੀਂ। ਅਤੇ ਦੁਬਾਰਾ ਫਿਰ 84 ਜਾਂ 47 ਬਣਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਹੈ। ਅਤੇ ਮੈਂ ਗੋਲਡੀ ਕੰਬੋਜ ਤੁਹਾਡੀ ਸਰਕਾਰ ਨੂੰ ਸਲਾਮੀ ਦਿੰਦਾ ਇਸ ਗੱਲ ਦੀ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਲੋਕ ਦੁਬਾਰਾ 84 ਬਣਾਉਣੀ ਚਾਹੁੰਦੇ ਸੀ ਤੁਸੀਂ ਉਹਨੂੰ ਕੰਟਰੋਲ ਕਰ ਲਿਆ। ਤੁਸੀਂ ਵਧਾਈ ਦੇ ਪਾਤਰ ਹੋ ਇਸ ਗੱਲ 'ਚ, ਤੁਸੀਂ ਕੰਟਰੋਲ ਕਰ ਲਿਆ। ਮੈਨੂੰ ਲੱਗਦਾ ਸੀ ਕਿ ਦੁਬਾਰਾ 84 ਆਏਗੀ। ਯਾਰੋ ਅਸੀਂ 84 ਨਹੀਂ ਦੇਖਣਾ ਚਾਹੁੰਦੇ, ਅਸੀਂ 47 ਨਹੀਂ ਦੇਖਣਾ ਚਾਹੁੰਦੇ। ਅਤੇ ਕੁੜੀਆਂ ਜਦੋਂ 84 ਵਾਪਰਦੀ ਹੈ, ਜਦੋਂ 47 ਵਾਪਰਦੀ ਹੈ, ਬੁੱਤ ਕੁੜੀਆਂ ਮੇਰੀ ਗੱਲ ਧਿਆਨ ਨਾਲ ਸੁਣਿਓ, ਤਾਂ ਸਭ ਤੋਂ ਵੱਧ ਤਕਲੀਫ ਅਤੇ ਮੁਸ਼ਕਲ ਜਿਹੜੀ ਝੱਲਣੀ ਪੈਂਦੀ ਹੈ ਔਰਤ ਜਾਤੀ ਨੂੰ ਝੱਲਣੀ ਪੈਂਦੀ ਹੈ। ਜਦੋਂ ਧਰਮ ਦੇ ਨਾਂ 'ਤੇ ਦੰਗੇ ਹੁੰਦੇ ਆ ਨਾ, ਉਦੋਂ ਕਿਵੇਂ ਨਫ਼ਰਤਾਂ ਦੇ ਬਣਜਾਰੇ ਇੱਕ ਦੂਜੇ ਦੀਆਂ ਧੀਆਂ ਨੂੰ ਖਿੱਚਦੇ ਹੈ। 47 ਵੇਲੇ ਕਿਵੇਂ ਖੂਹ 'ਚ ਛਾਲਾਂ ਮਾਰੀਆਂ ਹੋ ਕੁੜੀਆਂ ਨੇ। ਤੁਸੀਂ ਫਿਲਮ ਦੇਖੀ ਹੋਏਗੀ ਵੱਧ ਤੋਂ ਵੱਧ ਗਦਰ, ਤੁਸੀਂ ਦੇਖਿਆ ਹੋਏਗਾ ਕੋਈ ਇੱਕ ਅੱਧੀ ਫਿਲਮ ਹੋਰ। ਇਹਦੇ ਇਤਿਹਾਸ ਹੈ ਇੱਕ ਲੰਬਾ ਕਿ 10 ਲੱਖ ਲੋਕਾਂ ਦਾ ਕਤਲ ਹੋ ਗਿਆ ਸੀ। ਅਤੇ 84 ਦੇ ਵਿੱਚ ਦਿੱਲੀ 'ਚ ਉਹ ਲੋਕ ਕਤਲ ਕਰਦੇ ਜਿਨ੍ਹਾਂ ਦੇ ਦਾੜੀਆਂ ਦੇ ਕੇਸ ਉੱਤੇ ਪੱਗਾਂ ਬੰਨੀਆਂ ਸੀ, ਪੰਜਾਬ 'ਚ ਉਹ ਕਤਲ ਕਰਦੇ ਜਿਨ੍ਹਾਂ ਦੇ ਦਾੜੀਆਂ ਦੇ ਪੱਗਾਂ ਨਹੀਂ ਸੀ। ਇਹ ਕੁਛ ਇੱਥੇ ਵਰਤਾਰਾ ਚੱਲਿਆ। ਅਤੇ ਉਹਨਾਂ ਦਿਨਾਂ 'ਚ ਮੈਂ ਜਲਾਲਾਬਾਦ ਹੀ ਪੜ੍ਹਾਉਂਦਾ ਹੁੰਦਾ ਸੀ ਅਤੇ ਮੈਂ ਸਲਾਮ ਕਰਦਾ ਜਲਾਲਾਬਾਦ ਦੇ ਲੋਕਾਂ ਨੂੰ ਕਿ ਪੰਜਾਬ 'ਚੋਂ ਇੰਨਾ ਅੱਤਵਾਦ ਲੰਘਿਆ ਪਰ ਜਲਾਲਾਬਾਦ ਦੇ ਵਿੱਚ ਇੱਕ ਵੀ ਸਿਵਾ ਨਹੀਂ ਬਣਿਆ, ਜਦੋਂ ਕਿ ਪੰਜਾਬ 'ਚ ਰੋਜ਼ 50-50 ਸਿਵੇ ਬਣਦੇ ਸੀ। ਇਹ ਜਲਾਲਾਬਾਦ ਦੀ ਧਰਤੀ ਇਨਕਲਾਬੀ ਧਰਤੀ ਹੈ। ਜਲਾਲਾਬਾਦ ਦੀ ਧਰਤੀ ਮੇਰੇ ਦਿਮਾਗ 'ਚੋਂ ਨਹੀਂ ਨਿਕਲਦੀ। ਮੈਂ ਸਾਈਕਲ ਦੇ ਉੱਤੇ ਹੁਣ ਤੁਸੀਂ ਕਹੋਗੇ ਨਾ ਮੈਂ ਇੱਥੇ ਖੜਾ ਬੋਲ ਰਿਹਾ। ਮੈਂ ਤੁਹਾਨੂੰ ਇਹ ਦੱਸਾਂ, ਜਲਾਲਾਬਾਦ ਤੋਂ ਮੈਂ ਅਖਬਾਰਾਂ ਦਾ ਵੰਡਣ ਲੱਗਿਆ। ਮੈਂ ਮਾਸਟਰ ਲੱਗਿਆ ਹੋਇਆ ਸੀ ਸਰਕਾਰੀ ਸਕੂਲ ਕੱਚੇ ਕਾਲੇ ਵਾਲੇ, ਮਿਡਲ ਸਕੂਲ ਸੀ ਉਹ, 14 ਕਿਲੋਮੀਟਰ ਹੈ ਇੱਥੋਂ। ਇੱਥੋਂ ਮੈਂ ਅਖਬਾਰਾਂ ਦਾ ਵੰਡਣ ਲੈ ਕੇ ਮੰਨੇ ਵਾਲੇ ਤੋਂ ਲੈ ਕੇ ਚੱਕ ਬੈਰੋ ਕੇ ਕੱਟੀਆਂ ਵਾਲਾ ਢਾਬਾ, ਚੱਕ ਬੈਰੋ ਕੇ ਕੱਚੇ ਕਾਲੇ ਵਾਲੇ ਤੱਕ ਮੈਂ ਅਖਬਾਰ ਪੰਚਾਇਤਾਂ ਨੂੰ ਦਿੰਦਾ ਜਾਂਦਾ। ਪੜ੍ਹੋ ਯਾਰ ਪੜ੍ਹੋ, ਅਖਬਾਰ ਉਹਨਾਂ ਨੂੰ ਬਣਦਾ, ਫਿਰ ਅੱਗੇ ਸਕੂਲ 'ਚ ਪੜ੍ਹਾਉਂਦਾ, ਸਾਈਕਲ 'ਤੇ ਵਾਪਸ ਆਉਂਦਾ। ਇੱਥੇ ਮੈਂ 5 ਸਾਲ ਮੈਂ ਜਲਾਲਾਬਾਦ ਰਿਹਾ ਅਤੇ ਜਿੱਥੇ ਹੁਣ ਸ਼ਹੀਦ ਊਧਮ ਸਿੰਘ ਵਾਲਾ ਪਾਰਕ ਬਣਿਆ ਹੋਇਆ ਹੈ, ਇੱਥੇ ਉਦੋਂ ਇੱਕ ਵੱਡਾ ਖਾਲੀ ਪਿਆ, ਉਹ ਸਰੋਵਰ ਕਹਿ ਲਓ, ਛੱਪੜ ਕਹਿ ਲਓ, ਪਤਾ ਨਹੀਂ ਕੀ ਸੀ ਉਹ ਹੁੰਦਾ ਸੀ। ਹੁਣ ਤਾਂ ਉੱਥੇ ਤੁਸੀਂ ਉਹ ਬਣਾ ਲਿਆ, ਪਾਰਕ ਬਹੁਤ ਸੋਹਣਾ। ਅਤੇ ਉੱਥੇ ਮੈਂ ਪੀ ਟੀ ਗੁਰਨਾਥ ਸਿੰਘ ਉਹਨਾਂ ਦੇ ਘਰ 'ਚ ਮੈਂ ਲੰਬਾ ਸਮਾਂ ਰਿਹਾ। ਔਰ ਉੱਥੇ ਜਦੋਂ ਮੈਂ ਰਿਹਾ ਅਤੇ ਜਦੋਂ ਮੈਨੂੰ ਤੁਸੀਂ ਜਲਾਲਾਬਾਦ ਵਾਲੇ ਫੋਨ ਕਰਦੇ ਹੋ ਨਾ ਕਿ ਮੇਘਰਾਜ ਰੱਲਾ ਨਾਟਕ ਕਰਨ ਆਏਗਾ, ਟਾਈਮ ਹੈਗਾ, ਅਤੇ ਆਹ ਦਿਨ ਮੈਂ ਇੱਥੋਂ ਕਿਸੇ ਨੇ ਹੋਰ ਲਿਆ ਹੋਇਆ ਸੀ, ਮੈਂ ਤੁਹਾਨੂੰ ਇਹ ਦੱਸਦਾ ਨਾ। ਮੈਂ ਉਹਨਾਂ ਨੂੰ ਮਿਹਨਤ ਕੀਤੀ, ਯਾਰ ਵੀ ਇਹ ਤਾਂ ਤੁਸੀਂ ਹੋਰ ਰੱਖ ਲਓ ਡੇਟ ਕਿਤੇ, ਮੈਂ ਇੱਥੇ ਜਲਾਲਾਬਾਦ ਜਾਣਾ। ਕਹਿੰਦੇ ਜਲਾਲਾਬਾਦ ਕੀ ਤੇਰੇ ਪੇਕੇ ਹੈ? ਮੈਂ ਕਿਹਾ ਹਾਂ, ਪੇਕੇ ਹੀ ਹੈ ਮੇਰੇ, ਉੱਥੇ ਪੇਕੇ ਹੈ ਮੇਰੇ ਤਾਂ, ਉੱਥੇ ਮੇਰੇ ਪੇਕੇ ਹੈ। ਮੈਨੂੰ ਮਜ਼ਾਕ ਕੀਤਾ ਸੀ ਕਿਸੇ ਬੰਦੇ ਨੇ ਕਿ ਇਦੋਂ ਵੱਧ ਕੋਈ ਤੁਹਾਡੇ ਨਾਲ ਮੇਰਾ ਇਹਦਾ ਰਿਸ਼ਤਾ, ਪਵਿੱਤਰ ਰਿਸ਼ਤਾ ਹੈ। ਮੈਂ 5 ਸਾਲ ਇੱਥੇ ਪੜ੍ਹਾਇਆ, ਇੱਥੇ ਇਮਤਿਹਾਨਾਂ 'ਚ ਸੁਪਰਡੈਂਟ ਰਿਹਾ, ਫਲਾਇੰਗ ਦੇ ਵਿੱਚ ਆਉਂਦਾ ਰਿਹਾ, ਬੋਰਡ ਦੀ ਫਲਾਇੰਗ ਦੇ ਵਿੱਚ ਆਉਂਦਾ ਰਿਹਾ, ਮੈਂ ਇੱਥੇ ਮੈਂ ਸਾਰਾ ਕੁਛ ਰਿਹਾ। ਪਰ ਜਲਾਲਾਬਾਦ ਦਿਮਾਗ 'ਚੋਂ ਨਿਕਲਦਾ ਨਹੀਂ ਹੈ। ਅਤੇ ਜਿਹੜਾ ਹੁਣ ਨਾਟਕ ਹੈ ਨਾ, ਇੱਕ ਮਾਂ ਦੋ ਮੁਲਕ, ਇਹਦੇ 'ਚ ਹੈ ਕੀ ਹੈ? ਮੈਂ ਕੁਛ ਨਹੀਂ ਕਹਿਣਾ, ਬਸ ਨਾਟਕ ਦੇਖੋ। ਸਰਦਾਰ ਗੁਰਸ਼ਰਨ ਸਿੰਘ ਜਿਨ੍ਹਾਂ ਨੂੰ ਭਾਈ ਮੰਨਾ ਸਿੰਘ ਕਿਹਾ ਜਾਂਦਾ ਹੈ, ਉਹਨਾਂ ਦਾ ਮੈਂ ਵਿਦਿਆਰਥੀ ਵੀ ਹੈ, ਉਹਨਾਂ ਕੋਲੋਂ ਉਡਾਰਾ ਸਿੱਖਿਆ ਨਾਟਕ ਦਾ। ਪ੍ਰੋਫੈਸਰ ਅਜਮੇਰ ਸਿੰਘ ਔਲਖ, SDM ਸਾਹਿਬ ਓਮ ਪ੍ਰਕਾਸ਼ ਜੀ, ਤੁਸੀਂ ਵੀ ਮਾਨਸਾ ਦੇ ਹੋ, ਮੈਂ ਵੀ ਮਾਨਸਾ ਦਾ ਹੈ। ਮਾਨਸਾ ਤੋਂ 16 ਕਿਲੋਮੀਟਰ ਦੂਰ ਮੇਰਾ ਪਿੰਡ ਰੱਲਾ, ਅਤੇ ਮੈਂ ਉੱਥੇ ਵੀ ਨਹਿਰੂ ਕਾਲਜ ਦੇ ਵਿੱਚ MA ਕਰਦੇ ਵੇਲੇ ਪ੍ਰੋਫੈਸਰ ਔਲਖ ਹੋਰਾਂ ਦੀ ਅਗਵਾਈ ਦੇ ਹੇਠ MA ਪੰਜਾਬੀ ਕੀਤੀ ਉੱਥੋਂ। ਅਤੇ ਮਾਨਸਾ ਅਤੇ ਜਲਾਲਾਬਾਦ, ਇਹ ਦੋ ਸ਼ਹਿਰਾਂ ਨਾਲ ਤਾਂ ਮੇਰਾ ਬੜਾ ਪਵਿੱਤਰ ਰਿਸ਼ਤਾ ਹੈ। ਅਤੇ ਇੱਕ ਮਾਂ ਦੋ ਮੁਲਕ ਦੇ ਵਿੱਚ ਕੀ ਕਹਾਣੀ ਹੈ, ਬਹੁਤ ਧਿਆਨ ਨਾਲ ਦੇਖਿਓ, ਬਹੁਤ ਧਿਆਨ ਨਾਲ ਦੇਖਿਓ, ਕਿਉਂਕਿ ਕੁਛ ਲੋਕ ਫਿਰ ਧਰਮਾਂ ਦੀਆਂ ਗੱਲਾਂ, ਜਾਤਾਂ ਦੀਆਂ ਗੱਲਾਂ, ਧਰਮਾਂ ਦੇ ਨਾਂ 'ਤੇ ਉਲਝਾਉਣ ਦੀਆਂ ਗੱਲਾਂ। ਅਤੇ ਧਰਮ, ਮੈਂ ਨਹੀਂ ਕਹਿੰਦਾ ਕੋਈ ਮਾੜਾ ਹੁੰਦਾ ਹੈ, ਸਿੱਖ ਧਰਮ ਦਾ ਮਤਲਬ ਬਹੁਤ ਵੱਡੀ ਚੀਜ਼ ਹੈ, ਬੜੇ ਇਨਕਲਾਬੀ ਧਰਮ ਹੈ, ਡਾਕਟਰ ਸਾਹਿਬ ਕਹਿ ਗਏ, ਅੰਮ੍ਰਿਤ ਛਕਾਉਣ ਦੀ ਗੱਲ ਕਹਿ ਗਏ, ਮੈਂ ਇਹਨੂੰ ਛੱਡਦਾ ਹੋਇਆ ਇੱਕ ਗੱਲ ਕਹਿਣੀ ਚਾਹੁੰਦਾ।
बाबा साहब डॉक्टर भीम राव अंबेडकर की गल नोट करो कहते इन्होंने महात्मा बुद्ध जो धर्म चलाया इन्होंने बुद्ध धर्म अपना लिया बुद्ध धर्म बुद्ध धर्म की एक गल सुना के मैं नाटक शुरू करना है कहते जो महात्मा बुद्ध अपने भिक्षुओं के नाल पिंड पिंड तुरे फिरते किसी पिंड जाके थके टुटे बैठ गए किसी पिपल के थले गोड़ के थले भिक्षुओं को कहा जाओ कुछ मंग के लेके आओ भीख मंग के भिक्षु का मतलब मंगने वाला जाओ लेके आओ कुछ खाइए पीए आप भी किसी घरे चले गए तब जाके देखिया कि पिंड घर के सारे पिंड वेहड़े गोहा पुटिया होया है उत्थे पिंजर पए ने डंगर मरे पए ने पशु मरे पए है बंदे मरे पए है ते टोआ एक पट्टिया होया हरेक घर दे विच ते भिक्षु कहिंदे निराश हो के वापस आ गए वापस आ के महात्मा बुद्ध नूं कहिण लगे महात्मा जी इत्थे ते ना कोई पंछी नजर आउंदा ना कोई डंगर पिंजर ही पिंजर पए ने ते हरेक घर दे विच वेहड़े दे विच टोआ पुट्टिया पिया इक समझ नहीं आउंदी इह कहानी की है ता महात्मा बुद्ध ये जिहड़े इहे पुरश हुंदे है इह फिलोसफर दे हुंदे है उन्होंने कहा कोई गल समझ लगी कहते जी कोई गल समझ नहीं लगी कहते फिर गल यह है कि काल पै गया पानी इतों नीवा चला गया पानी खत्म हो गया तो सारे ने आपो अपने घर के आपो अपना टोआ पुटन की कोशिश की खूह पुटन की कोशिश की कहीं पानी थल्यों कट लीए जानवर चले गए पंछी मर गए बंदे मर गए तो आए ये सारे ने आपो अपने घर च आपो अपना खूह पुटन की कोशिश की कहते जी हाँ समझ आ गई पर कहता ये लोग बच सकते कहते जी किवें बच सकते कहते जी सारे रल के एक खूह पटते सारे ने बच रहना सी पर हुण अड्ड खूह पटिया इन्होंने ता मर गए तो जिहड़े तुसीं अड्ड खूह पटते फिरते हो ना भी फलानी जात वाले तो ऐ लड़न गए ढिंकी जात वाले आ किसान आए मजदूर है अड्ड एक कैटागरी जो रल के खूह पुटोंगे पानी निकलिया नहीं तो फिर वो पिंजर बनोगे मरोंगे उवें जिवें महात्मा गांधी ने जिहड़ी गल कही है इस करके आओ रल के खूह पुटिए यही सच्ची श्रद्धांजलि होगी इन्होंने महापुरशा रल के खूह पुटना पैना तो गल मेरी खत्म है तो हुण तुहाडे सामने नाटक है गुरशरण सिंह जी का लिखा हुआ एक मां दो मुल्क नाटक च की आओ देखिए कहानी एक मां दो मुल्क आओ जी हेलो 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 शेयर चेक कर ला म्यूजिक हाजरीन लोक कला मंजीरा पेश करता है गुरशरण भाजी का लिखा नाटक एक मां दो मुल रोटी पका ले। ओ बच्चे
शराब पीती दे
ਕੇ ਮੂੰਹ ਤੇਰੇ ਤੇ ਤੇਰੇ ਸਾਥੀਆਂ ਦੇ ਆ ਕੋਈ ਚਾਹ ਦੀ ਗੱਲ ਨਾ ਸਿੱਖਿਓ ਅਰੇ ਦੇ ਬਾਪੂ ਰਹਿਣੇ ਅੱਛਾ ਦਾ ਮੈਂ ਤੁਹਾਨੂੰ ਵੀ ਆ ਤੁਸੀਂ ਜਿਹੜੇ ਬੁੜੇ ਰਲ ਕੇ ਬੈਠੋ ਨਾ ਖੁੱਟਾ ਤੇ ਤੇ ਉਂਤੀ ਜਾਤੀ ਨੂੰ ਮੈਂ ਮੰਦੇ ਮਸਕੇ ਤੁਸੀਂ ਵੀ ਕਿ ਦੁੱਧ ਤਾਂ ਤੇੜੀ ਹੈ ਓਏ ਅਸੀਂ ਦੁੱਧ ਤੋਂ ਰਹੀਆਂ ਦੁੱਧ ਤੋਂ ਪਈਆਂ ਸੀ ਆ ਤੇ ਤੇ ਕੋਈ ਨਵੀਂ ਜਵਾਨੀ ਨਹੀਂ ਚੜੀ ਉਹ ਸਾਡੇ ਦੇ ਵੀ ਕਦੇ ਜਵਾਨੀ ਹੁੰਦੀ ਸੀ ਓਏ ਅਸੀਂ ਆਪ ਦੀ ਜਵਾਨੀ ਚ ਖਰਾਕਾ ਖਾਣੀਆਂ ਕਸਤਾ ਕਰਨੀਆਂ ਮੁਕਦਰ ਚੱਕਰੇ ਮੂਮੀਆਂ ਵੇਖੀਆਂ ਆ ਤੇ ਤੂੰ ਆ ਜਵਾਨੀ ਚ ਪਨ ਫੜੀਆਂ ਨੇ ਕੀਤੀਆਂ ਹਾਂ ਜਵਾਨੀ ਚ ਕਈ ਤੀਰ ਨਹੀਂ ਮਾਰਿਆ ਕੀ ਫਾਇਦਾ ਝੂਠ ਪੂਰੀ ਕਰਨ ਦਾ ਵਖਤਾ ਰਾਸੇ ਹੋ ਮੈਨਾਂ ਪੜਿਆ ਟੱਕੇ ਮੈਂ ਸਭ ਸਵੇਰਾ ਸਾਰੀ ਕੌਂਗਲੇ ਨਾਲ ਖਾਈ ਮਿਲਦਾ ਹਾਂ ਮੈਂ ਕਿਹਾ ਕੱਪ ਕਾਕੀ ਮੇਰੇ ਨਾਲ ਅੱਡੇ ਤੱਕ ਦਾ ਜਾਗਰ ਮੈਂ ਖੇਤਾਂ ਦੇ ਹਲ ਵਾਈ ਨਾ ਤੇਰੇ ਵਾਂਗੂ ਵੇਲਾ ਵੀ ਗਲੀਆਂ ਤੇ ਜਿਹੜੇ ਕੱਢੇ ਨੂੰ ਉਹ ਮੰਗਣਾ ਨਹੀਂ ਬੇਬੇ ਕੀ ਦੱਸ ਰੋਟੀ ਲੈ ਗਿਆ ਜੀ ਤੂੰ ਤੇ ਕਰੇ ਨਹੀਂ ਨਾ ਕਰਨ ਨਾ ਦਿੱਤੀ ਚੱਲੋ ਰੋਟੀ ਆਹੋ ਲੈ ਜੀ ਚੁਰੀ ਕੁੱਟ ਕੇ ਵੱਡੇ ਰਾਜੇ ਦੀ ਮੈਂ ਪਾਕਿਸਤਾਨ ਨਹੀਂ ਜਾਣਾ ਆਇਆ ਉੱਥੋਂ ਦੇ
ਲੋਕ ਮੇਰੇ ਤੇ ਤੋਂ ਤਾਂ ਲਾਉਣਗੇ ਮੇਰੇ ਨਿਆਣੇ ਨੂੰ ਜਾਤੂ ਜੀ ਹਰਾਮ ਬਣਿਆ ਹੋ ਲਿਆ ਲਿਆ ਕਿਉਂ ਗ੍ਰੰਥੀ ਸਿੰਘ ਨੇ ਆਪਣੇ ਨਵਣੀ ਕਰਿਆ ਤੂੰ ਤਾਂ ਗੱਲ ਨੂੰ ਪੁੱਠਾ ਪਾਇਆ ਮਾਰਿਆ ਤੇ ਜਾ ਜਾ ਕੇ ਰੋਕ ਜਾ ਕਰ ਲੋਕੀ ਹੁੰਦੀ ਸਵੇਰੋ ਸਵੇਰੀ पाकिस्तान जान चेत कर आया वे पुत्रा सा के रखी एनू गवाना बैठी अगे एक मरी सी दूजी किसने दिती नहीं सी सांभली ओ मैं की करा बेबे मैं तो आप डर जन्ना वे पुत्रा मैं दसा तो ड्रामा दे ड्रामा ओ ड्रामेगा की बंदा पूरी कुत्ते की पूछा कुत्ते की कोई ना पुत्रा जे लाग गया ते तीर जे ना लगा ते तुक्का ही सही अजे होने ने पाकिस्तान जादी गल कीती ना नत्ता मनु सारी दी है आहो अगे कईया ने वट के सट्टियां ही सी फसादा दे वेले ए शुकर नहीं मनाती के आसी ਬੇਬੇ ਨਾ ਬੋਲ
ਕੀ ਮੈਂ ਜਾ ਸਕਾਂਗੀ? ਇਹ ਲੋਕ ਮੇਰੇ ਤੇ ਤੌਂਤਾਂ ਲਾਉਣਗੇ। ਆਹੋ ਆ ਲੋਕ ਜੀਣ ਦਿੰਦੇ ਆ ਭਲਾ? ਧੀਏ ਇਹ ਲੋਕ ਤੌਂਤਾਂ ਤੋਂ ਖੱਖਣੇ ਨਹੀਂ ਪੁੱਤ। ਤੂੰ ਸੁਣੀਏ ਨਾ ਉਹ ਗੱਲ, ਇੱਕ ਵਾਰੀ ਇੱਕ ਪਿੰਡ ਦੇ ਲੋਕ ਇੱਕ ਔਰਤ ਨੂੰ ਫੜ ਕੇ ਇੱਕ ਬਜ਼ੁਰਗ ਕੋਲ ਲੈ ਕੇ ਆਏ ਤੇ ਉਹਨੂੰ ਕਹਿਣ ਲੱਗੇ, ਹੇ ਬਜ਼ੁਰਗ ਇਹ ਔਰਤ ਬਦਕਾਰ, ਮੂਸਾ ਦੇ ਕਾਨੂੰਨ ਸਾਰੇ ਦੇ ਪੱਥਰ ਮਾਰੇ ਜਾਣੇ ਚਾਹੀਦੇ ਨੇ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਤਾਂ ਉਹ ਬਜ਼ੁਰਗ ਨੇ ਕਿਹਾ, ਜ਼ਰੂਰ ਪੱਥਰ ਮਾਰੋ, ਜ਼ਰੂਰ ਮਾਰੋ ਪੱਥਰ, ਪਰ ਪਹਿਲਾ ਪੱਥਰ ਉਹ ਮਾਰੇ ਜਿਹਨੇ ਆਪਣੀ ਜ਼ਿੰਦਗੀ ਚ ਕਦੇ ਕੋਈ ਗੁਨਾਹ ਨਹੀਂ ਕੀਤਾ। ਧੀਏ ਕੋਈ ਨਾ ਮਿੱਤਰਿਆ, ਸਾਨੂੰ ਇਹੋ ਜਿਹੇ ਲੋਕਾਂ ਤੋਂ ਨਹੀਂ ਡਰਨਾ ਚਾਹੀਦਾ ਪੁੱਤ, ਰੱਬ ਤੋਂ ਡਰਨਾ ਚਾਹੀਦਾ, ਰੱਬ ਤੋਂ। ਨਹੀਂ ਬਾਪੂ ਜੀ, ਮੈਂ ਨਹੀਂ ਜਾਣਾ, ਉਹ ਮੈਨੂੰ ਨਾਲ ਲੈ ਜਾਣਗੇ। ਤੁਸੀਂ ਉਹਨਾਂ ਨੂੰ ਕਹੋ ਕਿ ਮੇਰਾ ਪੁੱਤ ਮੈਨੂੰ ਇੱਥੇ ਦੇ ਦੇ ਬੇਬੇ, ਬੇਬੇ ਮੇਰਾ ਪੁੱਤ ਮੈਨੂੰ ਦੇ ਦੇ ਬੇਬੇ, ਜੇ ਮੈਂ ਜਾਵਾਂ ਵੀ ਨਾ ਤਾਂ ਇਹਨੂੰ ਵੀ ਨਾਲ ਹੀ ਲੈ ਕੇ ਜਾਵਾਂ। ਬੀਬੀ ਤੂੰ ਪਰੇ ਹਟ, ਮੈਂ ਨਹੀਂ ਜਾਣਦਾ ਇਹਨੂੰ। ਚੰਗਾ ਬੇਬੇ, ਮੈਂ ਨਾ ਕਿਤੇ ਨਹੀਂ ਜਾਂਦੀ, ਮੈਂ ਇੱਥੇ ਹੀ ਆ, ਮੇਰਾ ਪੁੱਤ ਮੈਨੂੰ ਦੇਈ ਦੇ ਬੇ। ਪਰੇ ਹਟ ਬਜਰੇ ਦੇ ਬਾਪੂ, ਜਾ ਪੁਲਿਸ ਨੂੰ ਕਹਿਆ ਕਿ ਇਹਨੇ ਨਹੀਂ ਉੱਥੇ ਜਾਣਾ, ਨਾਲੇ ਇਹ ਉੱਥੇ ਜਾਵੇ ਵੀ ਕਿਉਂ, ਇਹਦਾ ਕੀ ਆ ਉੱਥੇ, ਇੱਥੇ ਕਿਹੜਾ ਦੁਖੀ ਹੈ। ਮੈਂ ਤਾਂ ਬੰਬਲ ਪਿੱਛੇ ਹੀ ਪੈ ਗਿਆ, ਰਹਿ ਰਹਿ ਕੇ ਮੈਨੂੰ ਇਸ ਕੁੜੀ ਦਾ ਖਿਆਲ ਆਉਂਦਾ, ਇੱਕ ਪਾਸੇ ਰਹੇ ਬੱਚਾ ਤੇ ਦੂਜੇ ਪਾਸੇ ਉਹ ਪਾਕਿਸਤਾਨ ਦੀ ਧਰਤੀ ਤੇ ਦਾ ਯਤੀਮ ਤੇ ਮਾਸੂਮ ਬੱਚਾ ਜਿਹੜਾ ਮਾਂ ਦੀ ਆਂਦਰਾਂ ਨੂੰ ਤਰਸ ਰਿਹਾ ਹੋਣਾ। ਧੀਏ ਧੀਏ ਤੂੰ ਮੇਰੇ ਨਾਲ ਚੱਲ, ਤੂੰ ਥਾਣੇ ਚੱਲ, ਤੂੰ ਜੋ ਕੁਝ ਵੀ ਕਹਿਣਾ ਨਾ ਉੱਥੇ ਥਾਣੇ ਜਾ ਕੇ ਕਹੀ, ਚੱਲ ਮੇਰਾ ਚੱਲ। ਨਹੀਂ ਬਾਪੂ ਜੀ, ਮੈਂ ਨਹੀਂ ਜਾਣਾ, ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਮੇਰਾ ਪੁੱਤ ਨਾ ਮੈਨੂੰ ਇੱਥੇ ਦੇ ਦੇ ਬੇਬੇ, ਬੇਬੇ ਮੇਰਾ ਪੁੱਤ ਮੈਨੂੰ ਦੇ ਦੇ ਬੇਬੇ, ਇਹ ਨਾ ਕਰ ਬੇਬੇ, ਨਾ ਕਰ ਬਾਪੂ, ਬਾਪੂ ਕੁਝ ਹੋ ਬੇਬੇ ਨੂੰ ਕਹਿ ਦੇ ਨਾ ਉਹ ਮੈਨੂੰ ਮੇਰਾ ਪੁੱਤ ਦੇ ਦੇ ਵੀ ਬਾਪੂ, ਨਾਲੇ ਨਾ ਮੇਰਾ ਕਫੂਰਾ ਮੈਨੂੰ ਇੱਥੇ ਲੈ ਦੇ, ਅਸੀਂ ਰਹਾਂਗੇ, ਤੁਸੀਂ ਇੱਥੇ ਰਹਿ ਲਾਂਗੇ, ਪਰ ਬਾਪੂ ਮੇਰਾ ਪੁੱਤ ਮੈਨੂੰ ਲੈ ਦੇ ਬਾਪੂ, ਬੇਬੇ ਦੇ ਦੇ ਬੇਬੇ, ਤੂੰ ਇਹ ਕਿਆ ਕਰਦੀ ਆ ਬੇਬੇ, ਦੇ ਦੇ ਬੇਬੇ, ਮੈਂ ਮਰ ਜੂਗੀ ਬੇਬੇ। ਮੇਰਾ ਬੱਚਾ ਹੈ, ਉਹ ਵੀ ਮੇਰਾ ਬੱਚਾ ਹੈ, ਇਹ ਬੱਚੇ ਨਾ ਹਿੰਦੁਸਤਾਨ ਦੇ ਨੇ ਨਾ ਪਾਕਿਸਤਾਨ ਦੇ ਨੇ, ਇਹ ਮੇਰੇ ਬੱਚੇ ਨੇ ਬਾਪੂ ਜੀ, ਇਹ ਮੇਰੇ ਬੱਚੇ ਨੇ, ਤੁਸੀਂ ਮੈਨੂੰ ਮੇਰਾ ਕਪੂਰਾ ਵੀ ਇੱਥੇ ਲੈ ਦੋ ਬਾਪੂ, ਇੱਥੇ ਦੇ ਦੇ ਬਾਪੂ, ਮੇਰਾ ਪੁੱਤ ਮੈਨੂੰ ਲੈ ਦੇ ਬਾਪੂ, ਬੇਬੇ ਬੇਬੇ ਦੇ ਦੇ ਨਾ ਬੇਬੇ, ਬੇਬੇ ਕਿਉਂ ਕਰਦੀ ਹੈ ਬੇਬੇ, ਤੂੰ ਵੀ ਤਾਂ ਮਾਂ ਹੈ ਨਾ ਬੇਬੇ, ਬੇਬੇ ਦੇ ਦੇ ਬੇਬੇ, ਮੇਰੇ ਬੱਚੇ ਨੇ, ਇੱਕ ਮਾਂ ਦੇ ਦੋ ਬੱਚੇ ਨੇ, ਮੇਰੇ ਬੱਚੇ ਨੇ, ਮੇਰੇ ਬੱਚੇ ਨੇ। ਤੂੰ ਠੀਕ ਆਖਦੀ ਹੈ ਧੀਏ, ਇੱਕ ਮਾਂ ਦੇ ਦੋ ਬੱਚੇ ਨੇ, ਹੱਥ ਮਾਰੇ ਧਰਤੀ ਤੇ ਲੀਕ ਵਾ ਕੇ ਇੱਕ ਮੁਲਕ ਦੇ ਦੋ ਮੁਲਕ ਦਾ ਬਣਾ ਦੇ, ਪਰ ਇੱਕ ਮਾਂ ਦੇ ਦਿਲ ਤੇ ਕੌਣ ਲੀਕ ਵਾਏਗਾ, ਕੌਣ ਲੀਕ ਵਾ ਸਕੇਗਾ ਇੱਕ ਮਾਂ ਦੇ ਦਿਲ ਤੇ, ਇੱਕ ਮਾਂ ਦੇ ਦਿਲ ਤੇ ਕੌਣ ਲੀਕ ਵਾਏਗਾ, ਕੌਣ ਲੀਕ ਵਾਏਗਾ, ਕੌਣ ਲੀਕ ਵਾਏਗਾ। ਤੂੰ ਠੀਕ ਕਹਿੰਦੀ ਹੈ ਧੀਏ, ਹਾਕਮਾਂ ਨੇ ਧਰਤੀ ਦੇ ਉੱਤੇ ਲੀਕ ਵਾ ਕੇ ਇੱਕ ਮੁਲਕ ਦੇ ਦੋ ਮੁਲਕ ਬਣਾ ਦਿੱਤੇ, ਪਰ ਇੱਕ ਮਾਂ ਦੇ ਦਿਲ ਉੱਤੇ ਕੌਣ ਲੀਕ ਪਾਏਗਾ, ਇੱਕ ਮਾਂ ਦੇ ਦਿਲ ਉੱਤੇ ਕੌਣ ਲੀਕ ਪਾਏਗਾ, ਇੱਕ ਮਾਂ ਦੇ ਦਿਲ ਉੱਤੇ ਕੌਣ ਲੀਕ ਪਾ ਸਕੇਗਾ। ਇਹ ਸੀ ਨਾਟਕ ਇੱਕ ਮਾਂ ਦੋ ਮੁਲਕ 1947 ਚ ਜੋ ਵਾਪਰਿਆ, ਲੱਖਾਂ ਧੀਆਂ ਨੂੰ, ਜੇ ਮੁਸਲਮਾਨ ਕੁੜੀਆਂ ਨਾਲ ਇੱਧਰ ਆਹ ਕੁਛ ਹੋਇਆ ਤਾਂ ਉੱਧਰ ਹਿੰਦੂ ਤੇ ਸਿੱਖ ਕੁੜੀਆਂ ਨਾਲ ਵੀ ਇਹੀ ਕੁਛ ਹੋਇਆ ਹੈ। ਹਲੇ ਕਈ ਜਿਉਂਦੀਆਂ ਨੇ ਜਿਹੜੀਆਂ ਸੰਤਾਪ ਭੋਗ ਰਹੀਆਂ ਨੇ, ਬਜ਼ੁਰਗ ਹੋ ਗਈਆਂ, ਇਹ ਧਰਮ ਦੇ ਨਾਂ ਤੇ ਹੋਈ ਰਾਜਨੀਤੀ ਦਾ ਨਤੀਜਾ ਹੈ 47 ਵੇਲੇ ਦਾ। ਜੇ ਇਹ ਨਾਟਕ ਚੰਗਾ ਲੱਗਿਆ, ਇਹ ਸੁਨੇਹਾ ਲੱਗਿਆ ਚੰਗਾ, ਜਿੰਨਾ ਚੰਗਾ ਲੱਗਿਆ ਤਾੜੀਆਂ ਤੁਹਾਡੀਆਂ ਉਹਨੀਆਂ ਉੱਚੀਆਂ।